ਅੱਜ ਮੇਰੇ ਯਾਰ ਨੇ ਬਹੁਤ ਖੁਸ਼ ਹੋਣਾ ਮੈਨੂੰ ਦੇਖ ਕੇ। ਬੜੀ ਦੇਰ ਬਾਅਦ ਮਿਲਣਾ ਸੀ ਇੱਕ ਦੂਜੇ ਨੂੰ। This is the fast way to make quick money. ਨਾਲੇ ਮੈਂ ਇਹੋ ਜਿਹੇ ਗਲਤ ਕੰਮ ਕਰਨ ਲਈ ਇੱਥੇ ਨਹੀਂ ਆਇਆ ਸੀ। What happened to money I gave you yesterday? That was yesterday. Today's a new day. Hey, Rosie, you need anything else beside the money? Not today. ਤੈਨੂੰ ਮੈਂ ਪਸੰਦ ਨਹੀਂ? ਤੂੰ ਮੈਨੂੰ ਪਿਆਰ ਨਹੀਂ ਕਰਦਾ? ਮੈਨੂੰ ਕਿਸੇ ਹੋਰ ਨਾਲ ਪਿਆਰ ਆ। ਤਾਂ ਹੀ ਤਾਂ ਪੰਜਾਬੀ ਦਿਲ ਦੇ ਹੱਥੋਂ ਮਰਦੇ ਆ। ਜੀ, ਹੈਵ ਯੂ ਸੀਨ ਮਾਂ ਜੀ? ਆ ਰੋ ਨੋ, ਲੱਗਦਾ ਤੇਰਾ ਗ੍ਰੀਨ ਕਾਰਡ ਆ ਗਿਆ। ਓ ਬੱਲੇ ਬੱਲੇ, ਬਣ ਗਈ ਗੱਲ, ਓ ਰੱਬ ਨੇ ਸੁਣ ਲਈ। ਓਏ ਯਾਰ ਮੇਰੀ ਜਿੰਦੇ ਤੇ ਯਾਰ ਮੇਰੀ ਜਾਨ, ਹੋਰ ਮੈਂ ਕਿੱਥੋਂ ਇੰਨੇ ਪੈਸੇ ਲੈਵਾਂ? ਅੱਧੀ ਜ਼ਮੀਨ ਤਾਂ ਪਹਿਲੇ ਯਾਰ ਤੇ ਨੇ ਦੱਬੀ ਪਈ ਆ। ਇੱਕ ਰਾਜ 'ਚ ਕੋਈ ਰਾਜਾ ਨਹੀਂ ਬਣ ਜਾਂਦਾ। ਪਰ ਪੈਸੇ ਕਿੱਥੋਂ ਆਉਣਗੇ? ਉਹ ਤੇਜੇ, ਤੇਰੀਆਂ 7 ਗੱਡੀਆਂ ਦਾ ਆਰਡਰ ਰੈਡੀ ਆ। ਮੇਰੀ ਇੱਕ ਗੱਲ ਯਾਦ ਰੱਖੀ, ਹਨੇਰੀ ਵਾਂਗੂ ਪੈਸੇ ਬੰਦੇ ਨੂੰ ਬਾਬ ਰੋਲੇ ਵਾਂਗੂ ਉਡਾ ਕੇ ਲੈ ਜਾਂਦੇ ਨੇ। ਤੇਰੇ ਵਾਜੋ ਜ਼ਿੰਦਗੀ ਤਬਾਹ ਹੋ ਗਈ ਹੈ। ਮੈਨੂੰ ਦੁੱਖ ਹੈ ਕਿ ਤੂੰ ਇੱਕ ਪੰਜਾਬਣ ਹੋ ਕੇ ਇੱਕ ਪੰਜਾਬੀ ਦੇ ਪਿਆਰ ਨੂੰ ਸਮਝ ਨਹੀਂ ਸਕੀ। ਜਦੋਂ ਕੋਈ ਬੰਦਾ ਬੁਖਲਾ ਜਾਂਦਾ ਨਾ, ਇਹੋ ਜਿਹੀਆਂ ਕਮੀਨੀਆਂ ਹੋਸ਼ੀਆਂ ਹਰਕਤਾਂ 'ਤੇ ਉਤਰ ਆਉਂਦਾ। ਜੇ ਉਹ ਫੜਿਆ ਜਾਂਦਾ ਤਾਂ ਸਭ ਕੁਝ ਮਿੱਟੀ ਹੋ ਜਾਣਾ ਸੀਗਾ। ਉਹਨੂੰ ਮਾਰਨਾ ਬਹੁਤ ਜ਼ਰੂਰੀ ਸੀਗਾ। ਅੱਗੇ ਤੋਂ ਮੇਰੇ 'ਤੇ ਹੱਥ ਚੁੱਕਣ ਦੀ ਹਿੰਮਤ ਕੀਤੀ ਤਾਂ ਮੈਨੂੰ ਵੀ ਆਪਣੀ ਹਿੰਮਤ ਦਿਖਾਉਣੀ ਪਵੇਗੀ। ਉਹ ਬਾਪੂ ਤੂੰ ਠੀਕ ਹੀ ਕਹਿੰਦਾ ਸੀ, ਲੈਣਾ ਬਾਹਰਲੇ ਮੁਲਕ 'ਚ ਜਾ ਕੇ। ਹੁਣ ਪਤਾ ਲੱਗਦਾ ਬਾਹਰਲੇ ਮੁਲਕ ਵਿੱਚ ਇੰਨਾ ਔਖਾ ਕੰਮ ਕਰਨਾ ਪੈਂਦਾ। 18-18 ਘੰਟੇ ਕੰਮ ਗਈਆਂ, ਰੋਟੀਆਂ ਖਾਣੀਆਂ ਪੈਂਦੀਆਂ, ਜਿੰਨੇ ਪੈਸੇ ਕਮਾਈ ਦੇ ਇਹ ਲੈ ਜਾਂਦੀਆਂ। ਸੱਚੀ ਕਹਿੰਦਾ ਸੀ, ਆਪਣਾ ਦੇਸ਼ ਆਪਣਾ ਦੇਸ਼ ਹੀ ਹੁੰਦਾ।